ਅੱਜ ਬਾਘੇ ਪੁਰਾਣੇ ਵਿਸ਼ਨੂੰ ਡੇਅਰੀ ਤੋਂ ਤਕਰੀਬਨ 2500-2700 ਕਿਲੋ ਨਕਲੀ ਘਿਓ ਅਤੇ ਪਨੀਰ 200 ਕਿਲੋ ਪਨੀਰ ਅਤੇ 325 ਕਿਲੋ ਦਹੀਂ ਅਤੇ ਹੋਰ ਵੀ ਬੜਾ ਸਮਾਨ ਇੱਥੋਂ ਮਿਲਿਆ ਵਾ ਅਤੇ ਔਰ ਤੁਸੀਂ ਦੇਖੋ ਆਹ ਜਿਹੜਾ ਪਨੀਰ ਆਹ ਪਨੀਰ ਆ ਜੀ ਦੇਖੋ ਇਹ ਬਿਲਕੁਲ ਨਕਲੀ ਇਹ ਸਾਰਾ ਸਪਲਾਈ ਹੋ ਰਿਹਾ ਸੀਗਾ ਹੋਰ ਪਾਸੇ ਤੋਂ ਅਤੇ ਅੱਜ ਇਹਨਾਂ 'ਤੇ ਕਾਰਵਾਈ ਹੈਲਥ ਡਿਪਾਰਟਮੈਂਟ ਨੇ ਬੜੀ ਵਧੀਆ ਕੰਮ ਕੀਤਾ ਜੀ ਹੈਲਥ ਡਿਪਾਰਟਮੈਂਟ ਦੇ ਨਾਲ ਅਤੇ ਪੂਰੀ ਕਾਰਵਾਈ ਸੈਂਪਲ ਲੈ ਲਏ ਆ ਨਾਲ ਇਹਨਾਂ 'ਤੇ 420 ਦਾ ਪਰਚਾ ਦਰਜ ਕਰਵਾ ਰਹੇ ਹਾਂ ਪੁਲਿਸ ਕੋਲੋਂ ਆਪਣੇ PDFA ਵੱਲੋਂ ਅਤੇ ਇਹ ਹਾਲ ਆ ਮਤਲਬ ਅੱਜ ਪਟਿਆਲੇ ਵੀ ਹੁਣੇ ਇੱਕ ਰੇਡ ਪਈ ਆ ਆਪਣੀ ਪਟਿਆਲੇ ਵੀ ਆਪਣੇ ਮੁੰਡੇ ਗਏ ਆ ਜੀ ਉੱਥੇ ਵੀ ਅੱਜ ਕਾਫੀ ਵੱਡੀ ਮਾਤਰਾ 'ਚ PDFA ਵਾਲੇ ਅਤੇ ਹੈਲਥ ਅਤੇ ਡੇਅਰੀ ਡਿਪਾਰਟਮੈਂਟ ਨੇ ਇੱਥੇ ਵੀ PDFA ਹੈਲਥ ਅਤੇ ਡੇਅਰੀ ਡਿਪਾਰਟਮੈਂਟ ਨੇ ਇਹ ਫੜਿਆ ਸਾਰਾ ਅਤੇ ਮੇਰੀ ਬੇਨਤੀ ਹੈ ਵੀ ਇੰਨੀ ਕੁ ਸਪੀਡ ਬਣਾ ਦਿਓ ਹੁਣ ਆਪਾਂ ਨੂੰ ਅਧਿਕਾਰ ਮਿਲੇ ਹੋਏ ਆ ਅਤੇ ਹਰੇਕ ਜ਼ਿਲ੍ਹੇ ਦੇ ਵਿੱਚ ਇਹ ਹਰ ਜਗ੍ਹਾ ਜਿੰਨੇ ਮੈਰਿਜ ਪੈਲਸਾਂ 'ਚ ਜਿੰਨਾ ਪਨੀਰ ਸਪਲਾਈ ਹੁੰਦਾ ਤਕਰੀਬਨ 99% ਆਹ ਪਨੀਰ ਸਪਲਾਈ ਹੁੰਦਾ 140 ਰੁਪਏ ਕਿਲੋ ਵਾਲਾ ਅਤੇ ਜਿਹੜਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਆ ਅਤੇ ਇਹ ਸਾਰੇ ਪੈਲਸਾਂ ਵਾਲਿਆਂ ਨੂੰ ਆਪਾਂ ਜਿੱਥੇ ਜਿੱਥੇ ਸਪਲਾਈ ਹੁੰਦਾ ਉਹਨਾਂ ਨੂੰ ਲੱਭੀਏ ਅਤੇ ਅੱਗੇ ਜਿੱਥੋਂ ਜਿੱਥੋਂ ਬੰਦੇ ਇਹਨਾਂ ਨੂੰ ਫੜ ਕੇ ਇਹ ਸਾਰੇ ਅੰਦਰ ਸਪਾਈਏ ਤਾਂ 20-20 ਸਾਲ ਇਹਨਾਂ ਨੂੰ ਕੈਦ ਹੋਵੇ ਅਤੇ ਫਿਰ ਇਹ ਜਾ ਕੇ ਰੁਕਣਾ ਨਹੀਂ ਇਹ ਬੱਚਾ 1 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਤੱਕ ਨੇ ਦੁੱਧ ਪੀਣਾ ਪਨੀਰ ਆਪਾਂ ਕਹਿੰਦੇ ਮਟਰ ਪਨੀਰ ਖਾਧਾ ਜੀ ਆਪਾਂ ਘਿਓ ਖਾਂਦੇ ਹਾਂ ਇਹ ਐਡੀ ਮਤਲਬ ਜਿਹੜੀ ਜ਼ਹਿਰ ਆ ਅਸੀਂ ਕਹਿੰਦੇ ਨਸ਼ਿਆਂ ਨਾਲੋਂ ਵੱਧ ਜ਼ਹਿਰ ਆ ਜਿਹੜੀ ਇਹ ਸਪਲਾਈ ਕੀਤੀ ਜਾ ਰਹੀ ਹੈ ਔਰ ਇਹ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਜਿਹੜਾ ਬੜਾ ਵਧੀਆ ਉਪਰਾਲਾ ਕੀਤਾ ਜਾ ਰਿਹਾ ਔਰ ਇਹਦੇ ਲਈ ਆਪਾਂ ਸਾਰੇ ਜਿੰਨੇ ਵੀ ਡੈਰੀ ਫਾਰਮਰ ਆ ਅਤੇ ਆਮ ਨਾਗਰਿਕ ਆ ਆਪਾਂ ਵੱਧ ਤੋਂ ਵੱਧ ਆਪਣੇ ਪਿੰਡ ਆਪਣੇ ਗਵਾਂਢੀ ਦੇ ਹਰੇਕ ਬੰਦੇ ਨੂੰ ਚੈੱਕ ਕਰੀਏ ਵੀ ਦੁੱਧ ਨਕਲੀ ਤਾਂ ਨਹੀਂ ਬਣਾ ਰਿਹਾ ਇਹ ਨਕਲੀ ਘਿਓ ਤਾਂ ਨਹੀਂ ਸਪਲਾਈ ਕਰ ਰਿਹਾ ਇਹ ਤਾਂ ਜਾ ਕੇ ਰੁਕਣਾ ਹੁਣ ਇਹ ਮੁਹਿੰਮ ਇੰਨੀ ਕੁ ਵੱਧ ਜਾਵੇ ਕਿ ਆਪਾਂ ਇੱਥੋਂ ਇਹ ਬਿਲਕੁਲ ਗੰਦਗੀ ਸਾਫ਼ ਕਰ ਸਕੀਏ ਤਾਂ ਕਿ ਲੋਕਾਂ ਨੂੰ ਵਧੀਆ ਦੁੱਧ ਮਿਲ ਸਕੇ ਵਧੀਆ ਪਨੀਰ ਘਿਓ ਪ੍ਰੋਡਕਟ ਮਿਲ ਸਕਣ ਅਤੇ ਸਾਡੇ ਜਿਹੜੇ ਕਿਸਾਨਾਂ ਨੂੰ ਉਹਨਾਂ ਦਾ ਦੁੱਧ ਦਾ ਸਹੀ ਭਾਅ ਮਿਲ ਸਕੇ ਇਸ ਕਰਕੇ ਸਾਰਿਆਂ ਨੂੰ ਪੂਰੀ ਵੱਧ ਤੋਂ ਵੱਧ ਉਪਰਾਲਾ ਕਰੀਏ ਅਤੇ ਹਿੰਮਤ ਮਾਰੀਏ ਹੁਣ ਘਰਾਂ ਨਾਲ ਬੈਠੋ ਇਹ ਆਪਾਂ ਘੱਟੋ ਘੱਟ 1-1.5 ਮਹੀਨੇ ਦੇ ਵਿੱਚ ਇਹਨੂੰ ਪੂਰਾ ਵਧਾ ਲਈਏ ਅੱਜ 2 PDFA ਨੇ ਅਤੇ ਡੇਅਰੀ ਡਿਪਾਰਟਮੈਂਟ ਅਤੇ ਹੈਲਥ ਡਿਪਾਰਟਮੈਂਟ ਦੇ ਬੜਾ ਸਹਿਯੋਗ ਦੇ ਰਿਹਾ ਅਤੇ ਸਾਰਿਆਂ ਨੇ ਰਲ ਕੇ ਅੱਜ ਪਟਿਆਲਾ ਅਤੇ ਬਾਘਾ ਪੁਰਾਣਾ ਕੀਤੀ ਰੇਡ ਮੇਰੇ ਖਿਆਲ ਕੱਲ੍ਹ ਨੂੰ ਵੀ 2-3 ਜਗ੍ਹਾ ਹੋਣੀ ਚਾਹੀਦੀ ਹੈ ਇਹ ਹਰ ਰੋਜ਼ ਲਗਾਤਾਰ ਆਪਣੀਆਂ 2-2, 3-3, 4-4 ਆਪਣੀਆਂ ਇਹ ਰੇਡ ਹੋਣੀਆਂ ਚਾਹੀਦੀਆਂ ਨੇ ਅਤੇ ਹਿੰਮਤ ਮਾਰੋ ਬਸ ਇੰਨੀ ਮੇਰੀ ਬੇਨਤੀ ਸੀ ਤੁਹਾਨੂੰ ਵੀ ਆਪਾਂ ਇਹਨੂੰ ਖਤਮ ਕਰੀਏ ਜੀ ਜਿਹੜਾ ਚਿੱਟੇ ਤੋਂ ਵੀ ਭੈੜੀ ਹੈ ਜੀ ਜਿਹੜਾ ਚਿੱਟਾ ਹੈ ਉਹ ਕੋਈ ਵੀ ਪੀਂਦਾ ਹੈ ਉਹਨੂੰ ਪਤਾ ਹੈ ਵੀ ਯਕੀਨਨ ਮੌਤ ਆ ਉਹਨੇ ਮਰਨਾ ਹੈ ਇਹਨੂੰ ਜਿਹੜਾ ਹੈਗਾ ਆਪਾਂ ਆਪ ਆਪਣੇ ਬੱਚਿਆਂ ਨੂੰ ਦੇ ਰਹੇ ਹਾਂ ਪਰ ਸਾਨੂੰ ਪਤਾ ਨਹੀਂ ਵੀ ਇਹ ਵੀ ਇੱਕ ਜ਼ਹਿਰ ਆ ਇਹ ਚਿੱਟੇ ਤੋਂ ਵੀ ਭੈੜੀ ਜ਼ਹਿਰ ਆ ਜੀ ਧੰਨਵਾਦ